ਸੂਟ ਪਟਿਆਲਾ ਸ਼ਾਹੀ ਪੈਰਾਂ ਵਿੱਚ ਚਾਂਜਰਾ ਸਜੀ ਫਿਰਦੀ ਏ ਅੱਜ ਪਰੀਆਂ ਦੇ ਵਾਂਗਰਾ। ਮੈਂ ਕਿਹਾ ਸੋਹਣੀਏ ਨੇ ਖਿੱਚੀ ਕਿੱਥੋਂ ਦੀ ਤਿਆਰੀ ਆ, ਗੁੱਸਾ ਨਾ ਕਰੀ ਨੀ ਤੈਨੂੰ ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ, ਗੁੱਸਾ ਨਾ ਕਰੀ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ। ਹਾਏ ਵੇ ਕਿੰਨਾ ਸੋਹਣਾ ਗਾਣਾ ਗਾ ਲੈਂਦੀ ਆ। ਭਾਈ ਪੁੱਤ ਮੈਂ ਹੈਗੀ ਆ ਗੁਲਾਬੋ ਦੀ ਮਾਸੀ ਤੇ ਨਾਂ ਹੈ ਮੇਰਾ ਗੁਲਾਬੀ ਪਿੰਕ ਰੋਜੀ। ਹਾਂ ਤੇ ਅੱਜ ਨਾ ਗੱਲਾਂ ਵਿਦ ਗੁਲਾਬੋ ਪ੍ਰੋਗਰਾਮ ਦੇ ਵਿੱਚ ਮੈਂ ਆ ਗਈ। ਸਾਡੀ ਗੁਲਾਬੋ ਪੁੱਤ ਬਹੁਤ ਥੱਕ ਜਾਂਦੀ ਹੈ, ਘਰੇ ਏਡੇ ਕੰਮ, ਇੱਥੋਂ ਪ੍ਰੋਗਰਾਮ ਤੋਂ ਜਾਵੇ ਤਾਂ ਉੱਥੇ ਜਾ ਕੇ ਝਾੜੂ ਪੋਚਾ ਰੋਟੀ ਸਬਜ਼ੀ ਸਾਰਾ ਕੰਮ ਕੁੜੀ ਦੇ ਪੱਲੇ। ਉੱਪਰੋਂ ਦੀ ਪਿੰਡ 'ਚ ਸਭ ਤੋਂ ਵੱਧ ਪੜ੍ਹੀ ਲਿਖੀ ਕੁੜੀ, ਹਰ ਦਿਨ ਕੋਈ ਨਾ ਕੋਈ ਆਇਆ ਰਹੂਗਾ ਹਿਸਾਬ ਕਿਤਾਬ ਕਰਦੇ ਗੁਲਾਬੋ। ਹਾਏ ਸਾਡੀਆਂ ਚਿੱਠੀ ਪੱਥਰ ਲਿਖਦੇ, ਸਾਡੀ ਕੁੜੀ ਥੱਕ ਬਾਲਾ ਜਾਂਦੀ ਹੈ। ਪਰ ਨਾ ਕੱਲ ਮੈਂ ਉਹਤੇ ਵੱਟ ਕੇ ਚੰਡ ਮਾਰੀ। ਮੈਂ ਕਿਹਾ ਤੈਨੂੰ ਕਿੰਨੀ ਵਾਰੀ ਸਮਝਾਇਆ ਘਰੋਂ ਬਾਹਰ ਨਿਕਲਦੀਆਂ ਸਿਰ ਪਰ ਚੁੰਨੀ ਲੈ ਲਿਆ ਕਰ। ਲੈਂਦੀ ਹੈ ਨੀ, ਕਹਿੰਦੀ ਮਾਸੀ ਅੱਜ ਕੱਲ੍ਹ ਤਾਂ ਜ਼ਮਾਨਾ ਬੜਾ ਮਾਡਰਨ ਹੋ ਗਿਆ, ਸਵਾ ਮਾਡਰਨ ਹੋ ਗਿਆ ਹੈ। ਆਹ ਤਾਂ ਗਲਤ ਗੱਲ ਹੈ ਵੀ ਸਾਡੇ ਪਹਿਲੇ ਵਕਤਾਂ ਵਿੱਚ ਤਾਂ ਕੁੜੀ ਨੂੰ ਘਰੋਂ ਬਾਹਰ ਚੁੰਨੀ ਲਏ ਬਗੈਰ ਜਾਣ ਨਹੀਂ ਸੀ ਦਿੰਦੇ, ਤੇ ਅੱਜ ਕੱਲ੍ਹ ਵੇਖੋ ਜੀਨਾਂ ਕਸੀਆਂ ਟਾਪ ਪਾਏ ਹੈ, ਕਿਹੋ ਕਿਹੋ ਜਿਹੇ ਕੱਪੜੇ ਪਾ ਲੈਂਦੀਆਂ ਵੇ ਤੁਸੀਂ, ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈ? ਲਾਵੇ ਮਾਸੀ ਚੰਡ ਤੁਹਾਡੇ, ਗੁੱਸਾ ਨਹੀਂ ਆਉਂਦਾ ਤੁਹਾਨੂੰ, ਪਤਾ ਨਹੀਂ ਚੱਲਦਾ ਮਾਸੀ ਕਹਿੰਦੀ ਆ। ਹਾਏ 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 ਹਾਏ, ਮੈਂ ਤਾਂ ਆਪਦਾ ਗੁੱਸਾ ਆਪਦੀ ਗੁਲਾਬੋ 'ਤੇ ਕਰ ਸਕਦੀ ਹਾਂ, ਜੇਕਰ ਸਾਰਿਆਂ ਨੂੰ ਗੁੱਸਾ ਕੀਤਾ ਨਾ ਤਾਂ ਇਹਨਾਂ ਨੇ ਅੱਜ ਮੇਰੀ ਗੁੱਤਣੀ ਪੱਟ ਦੇਣੀ ਆ। ਨਾ ਨਾ ਭਾਈ, ਮੈਨੂੰ ਤਾਂ ਤੁਸੀਂ ਸਾਰੇ ਆਪੇ ਜਰਾ ਫੋਨ ਜਿਹਾ ਕਰਕੇ ਦੱਸ ਦਿਓ ਕਿ ਬਈ ਜਦੋਂ ਪਹਿਲਾਂ ਕੁੜੀਆਂ ਦੇ ਸਿਰ 'ਤੇ ਚੁੰਨੀਆਂ ਹੁੰਦੀਆਂ ਸੀ, ਪੰਜਾਬੀ ਸੂਟ ਪਾਉਂਦੀਆਂ ਸੀ, ਪੈਰੀ ਜੁੱਤੀ ਹੁੰਦੀ ਸੀ, ਆ ਚੂੜੀਆਂ ਪਾਉਂਦੀਆਂ ਸੀਗੀਆਂ, ਸੱਜ ਧੱਜ ਕੇ ਘਰੋਂ ਪਰਾਂਦੇ ਲਾ ਕੇ ਨਿਕਲਦੀਆਂ ਸੀਗੀਆਂ, ਤਾਂ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕੁੜੀ ਨੂੰ ਸੇੜਨ ਦੀ। ਅਤੇ ਅੱਜ ਕੱਲ੍ਹ ਵੇਖ ਲਓ ਤੁਸੀਂ, ਜੀਨ ਟੱਪ ਪਾ ਕੇ ਸਕੈਲਟਾਂ ਪਾ ਕੇ ਨਿਕਲਦੀਆਂ, ਫਿਰ ਬਾਅਦ 'ਚ ਕਹਿਣਗੇ ਹਾਏ ਬੇ ਮਾਸੀ ਮੁੰਡੇ ਨੇ ਛੇੜਤਾ। ਪਰ ਮੈਨੂੰ ਇੱਕ ਗੱਲ ਆ ਵੀ ਲੱਗਦੀ ਹੈ, ਗੁਲਾਬੋ ਕਹਿੰਦੀ ਹੁੰਦੀ ਹੈ ਕਿ ਮਾਸੀ ਆ ਸਾਡੇ ਸਮਾਜ ਦੀ ਸੋਚ ਦਾ ਫਰਕ ਹੈ। ਵੀ ਹੁਣ ਗੱਲਾਂ ਉਹ ਠੀਕ ਕਰਦੀ ਆ ਕਿ ਮੈਂ ਠੀਕ ਕਰਦੀ ਹਾਂ, ਜਰਾ ਮੈਨੂੰ ਫੋਨ ਤਾਂ ਲਾ ਦਿਓ। ਕਿਉਂਕਿ ਮਾਸੀ ਦੀ ਸਲਾਹ ਜਿਹੜੀ ਆ ਉਹ ਤਾਂ ਇਹੀ ਸੀ ਕਿ ਵੀ ਸੂਟ ਤਾਂ ਚੰਗੇ ਲੱਗਦੇ ਨੇ ਕੁੜੀਆਂ ਨੂੰ, ਆ ਜਿੰਨਾ ਨਹੀਂ ਚੰਗੀਆਂ ਲੱਗਦੀਆਂ। ਪਹਿਲਾਂ ਫੋਨ ਆ ਗਿਆ ਹੈ, ਆ ਗਿਆ ਵੀਰੇ, ਆ ਗਿਆ ਆ ਗਿਆ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ, ਮਾਸੀ ਜੀ ਸਤਿ ਸ਼੍ਰੀ ਅਕਾਲ। ਹਾਂ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਭੇ ਬੇਰੇ ਤੇਰਾ? ਬਹੁਤ ਵਧੀਆ ਜੀ, ਵਧੀਆ ਜੀ। ਮੈਂ ਟੋਰਾਂਟੋ ਤੋਂ ਬੋਲਦਾ ਜੀ, ਗੁਰਿੰਦਰ ਸਿੰਘ। ਵਾਹ ਭਾਈ, ਟੋਰਾਂਟੋ ਤੋਂ, ਕੀ ਬਾਤ ਹੈ, ਕੈਨੇਡਾ ਤੋਂ ਜੀ? ਮੈਂ ਤਾਂ ਪਹਿਲੀ ਵਾਰੀ ਇੰਨੀ ਦੂਰੋਂ ਬਹਿ ਕੇ ਕਿਸੇ ਦਾ ਫੋਨ ਸੁਣਿਆ, ਬੜਾ ਸਵਾਦ ਆ ਗਿਆ ਭਾਈ। ਅੱਛਾ ਮੇਰੀ ਗੱਲ ਸੁਣ ਪੁੱਤ, ਤੈਨੂੰ ਮੇਰਾ ਟਾਪਿਕ ਪਤਾ? ਹਾਂਜੀ, ਇੱਕ ਵਾਰ ਵੈਸੇ ਫਿਰ ਦੱਸ ਦੋ ਜੀ। ਅੱਛਾ ਦੇਖ, ਅੱਜ ਕੱਲ ਮੈਂ ਕਹਿੰਨੀ ਆ ਕਿ ਵੀ ਕੁੜੀਆਂ ਨੂੰ ਇਕੱਲੇ ਸੂਟ ਹੀ ਪਾਉਣੇ ਚਾਹੀਦੇ ਸਿਰ ਪਰ ਚੁੰਨੀਆਂ ਲੈ ਕੇ, ਫਿਰ ਆ ਮੁੰਡੇ ਕਸੁੱਤੇ ਛੇੜਨਗੇ ਨਹੀਂ। ਤਾਂ ਤੂੰ ਕੀ ਕਹਿਣਾ ਹੈ, ਜਿੰਨਾ ਟਾਪਾਂ ਵਾਲੀਆਂ ਨੂੰ ਛੇੜਦੇ ਹੈ ਕਿ ਉਹਨਾਂ ਨੂੰ ਨਹੀਂ ਛੇੜਦੇ? ਨਹੀਂ ਜੀ ਨਹੀਂ, ਅੱਜ ਕੱਲ ਤਾਂ ਜ਼ਮਾਨਾ ਉਲਟਾ ਹੈ ਜੀ। ਅੱਛਾ, ਅੱਜ ਕੱਲ ਤਾਂ ਜੀ ਕੁੜੀਆਂ ਛੇੜਦੀਆਂ ਮੁੰਡਿਆਂ ਨੂੰ। ਹਾਏ ਬੇ ਹੈ, ਅੱਜ ਕੱਲ ਤਾਂ ਕੁੜੀਆਂ ਕਹਿੰਦੀਆਂ ਮੁੰਡਿਆਂ ਗੁੱਸਾ ਨਾ ਕਰੀ ਪਿੱਛੋਂ ਲੱਤ ਮਾਰੀ ਆ। ਆਹੋ, ਲੱਤ ਤਾਂ ਵੱਜਣੀ ਹੋਈ ਆ, ਜੇਕਰ ਛੇੜਨਗੇ ਤਾਂ ਲੱਤ ਨਹੀਂ ਵੱਜੂ। ਨਹੀਂ, ਅੱਜ ਕੱਲ ਜ਼ਮਾਨਾ ਬਦਲ ਗਿਆ ਜੀ, ਜ਼ਮਾਨਾ ਬਦਲ ਗਿਆ। ਨਹੀਂ ਨਹੀਂ, ਮੈਨੂੰ ਆਹ ਗੱਲ ਦੱਸ, ਜਦੋਂ ਕੁੜੀਆਂ ਸੂਟ ਪਾ ਕੇ ਤੁਰਦੀਆਂ ਸੀਗੀਆਂ ਘਰੋਂ, ਉਦੋਂ ਵੀ ਤਾਂ ਮੁੰਡੇ ਛੇੜਦੇ ਹੋਣੇ ਕਿ ਨਹੀਂ ਛੇੜਦੇ ਸੀ? ਉਦੋਂ ਸਾਡੇ ਇੱਥੇ ਤਾਂ ਇੰਨਾ ਹੈ ਨਹੀਂ ਜੀ, ਵੈਸੇ ਇੰਡੀਆ ਦੇ ਵਿੱਚ ਬਹੁਤ ਹੈ ਜੀ। ਹਾਂ ਭਾਈ, ਤੈਨੂੰ ਕਿਆ ਦੱਸਾਂ ਮੈਂ, ਇੱਥੇ ਤਾਂ ਭਾਵੇਂ ਸੂਟ ਪਾਇਆ ਹੋਵੇ, ਭਾਵੇਂ ਜੀਨਾਂ ਸਕੈਲਟਾਂ ਪਾਈਆਂ ਹੋਣ, ਕਿਸੇ ਨੂੰ ਨਹੀਂ ਛੱਡਦੇ ਹੈਗੇ। ਮਰ ਜਾਣੇ ਐ ਨੇਖੀ ਜਾਣਗੇ, ਐਂ ਡੇਲੇ ਕੱਢ ਕੱਢ, ਐਂ ਡੇਲੇ ਕੱਢ ਕੱਢ, ਆਪਦੀਆਂ ਮਾਵਾਂ ਭੈਣਾਂ ਨੂੰ ਵੇਖੋ ਖਾਂ। ਹਾਂਜੀ ਹਾਂਜੀ, ਵੇਖਣਾ ਚਾਹੀਦਾ ਉਹਨਾਂ ਨੂੰ ਜੀ। ਇਹ ਗਲਤ ਗੱਲ ਹੁੰਦੀ ਹੈ ਨਾ, ਇਹ ਤਾਂ ਸੋਚਦੇ ਨਹੀਂ ਨਾ ਜੀ, ਇਹ ਤਾਂ ਬਿਲਕੁਲ ਗਲਤ ਗੱਲ ਹੁੰਦੀ ਹੈ ਜੀ। ਇਹ ਤਾਂ ਹੁਣ ਕਟਾਪਾ ਬਹੁਤ ਪੈਂਦਾ ਜੀ, ਫੇਰ ਵੀ ਨਹੀਂ ਸੁਧਰਦੇ ਜੀ ਮੁੰਡੇ ਤਾਂ ਜੀ। ਹਾਏ ਵੇ, ਜੱਬ ਪੈੜਾ ਜਾਣ ਨੂੰ ਇਹਨਾਂ ਦੀ। ਹਾਂ ਅੱਛਾ, ਚੰਗਾ ਪੁੱਤ ਤੇਰੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ, ਜਿਉਂਦਾ ਰਹੇ, ਲੰਮੀਆਂ ਉਮਰਾਂ ਵਾਲਾ ਹੋਵੇ। ਮਾਸੀ ਤੈਨੂੰ ਆਸ਼ੀਰਵਾਦ ਦਿੰਦੀ ਆ। ਪੈਰੀ ਪੈਣਾ ਮਾਸੀ ਜੀ, ਜਿਉਂਦਾ ਰਹੇ ਪੁੱਤ, ਖੁਸ਼ ਰਹਿ, ਲੰਬੀ ਉਮਰਾਂ ਵਾਲਾ ਹੋਵੇ। ਤੇ ਬਈ ਆ ਤਾਂ ਸੀਗਾ ਪੁੱਤ ਗੁਰਿੰਦਰ, ਟਰਾਂਟੇ ਤੋਂ ਉਹਨੂੰ ਫੋਨ ਕਰ ਲਿਆ, ਮੈਨੂੰ ਲਾ ਲਿਆ ਮਾਸੀ ਨੂੰ ਫੋਨ, ਤੇ ਦੱਸਤੀ ਵੀ ਇਹਦੀ ਸਲਾਹ ਤਾਂ ਇਹ ਆ ਕਿ ਬਈ ਇਹੋ ਜਿਹੇ ਬੰਦੇ ਨੂੰ ਟਾਪਾ ਚੜੋ ਹੈ। ਆਪਾਂ ਇਹ ਪੁੱਤ ਫੋਨ ਬੰਦ ਨਹੀਂ ਹੋਇਆ ਇਸ ਵਾਰ। ਹਾਂ ਬੰਦ ਹੋ ਗਿਆ। ਅੱਛਾ, ਜੇਕਰ ਤੁਸੀਂ ਵੀ ਮੇਰੀ ਗਹਿਲ ਗੱਲ ਕਰਨੀ ਆ ਨਾ ਤਾਂ ਮੈਨੂੰ ਫੋਨ ਲਾ ਲਓ, 347-252-1232 ਆ ਕਹੀ ਚਲੀ ਜਾਂਦੀ ਆ ਮੇਰੇ ਕੰਨ ਮਾ ਕਿ ਨਾ ਫੋਨ ਦਾ ਨੰਬਰ ਆਈ ਜਾਂਦਾ ਟੀਵੀ ਪਰ। ਮਾਸੀ ਤੈਨੂੰ ਕਹਿਣ ਦੀ ਲੋੜ ਨਹੀਂ, ਕਾਹਤੇ ਨਾ ਕਵੇ ਮਾਸੀ।
है। अगला फोन भी आ गया, कहिंदे हैलो हेलो, सत श्री अकाल, सत श्री अकाल जी। कहां की बोल, पुत की नाम है तेरा? जी मेरा नाम है मनप्रीत। मनप्रीत, बाजी वाह, बड़ा ही सोहना नाम है पुत तेरा। ती है, मैं ना गुलाबो दी मासी बोल दे, तेनू पता ना? हां जी हां जी। अच्छा, ब्याही भी है? हां जी फिर तो सूट ही पाउंदी होनी आ। हां जी सूट ही पाउंदी आ। जीना जुन्ना नहीं पाउंदी ना? हां जी जीना तो नहीं पाउंदी, टोप टूप ना जे? जी जिन्ना जिन्ना किथे पाण दिंदे आ सस सोरे। हाय अच्छा, स्ट्रिक्ट होने मेरे वांगू। हां जी अच्छा, ना पुत जदों कुवारी सीगी उदों पाउंदी हुंदी सी? हां जी जदों कुवारी हुंदी सी आपदे पेकियां घरे हुंदी थी उदों पाया करदी थी? हां जी उदों पांदे सी। अच्छा ते हुण तू मैनूं इक गल दस, आ जिहड़ियां कुड़ियां तुरियां फिरदियां जीना पा के स्कैल्टां पा के, भी इहनां नूं मुंडे छेड़दे छुड़दे ज्यादा नहीं हैगे किते? नहीं जी मैडम, मैं एवें दी तां कोई गल नहीं है जी। अच्छा ए, हां जी ਪਹਿਲਾਂ ਕੁੜੀਆਂ ਸੂਟ ਦੁਪੱਟਾ ਪਾਉਂਦੀਆਂ ਸੀ, ਸਿਰ ਤੇ ਚੁੰਨੀਆਂ ਲੈਂਦੀਆਂ ਸੀ। ਇਹ ਜਿਹੜੀ ਸੋਚ ਹੈ ਇਹ ਆਪਣੀ ਬਦਲਣੀ ਚਾਹੀਦੀ ਹੈ। ਅੱਛਾ ਹਾਂਜੀ, ਮਤਲਬ ਤੇਰੇ ਮੁਤਾਬਕ ਜਿਹੜੀ ਮਾਸੀ ਆ ਪੁੱਠਾ ਸੋਚਦੀ ਆ ਕਿ ਵੀ ਕੱਲੀਆਂ ਕੁੜੀਆਂ ਨੂੰ ਸੂਟ ਹੀ ਪਾਉਣੇ ਚਾਹੀਦੇ ਆ? ਨਹੀਂ ਨਹੀਂ ਸੂਟ ਸੂਟ ਵੀ ਪਾਣੇ ਚਾਹੀਦੇ ਆ, ਜੀਨ ਵੀ ਪਾਣੀ ਚਾਹੀਦੀ ਹੈ। ਹੁਣ ਅੱਜ ਕੱਲ ਦਾ ਜਮਾਨਾ ਦੇਖੋ ਤੁਸੀਂ, ਅੱਜ ਕੱਲ ਦੇ ਜਮਾਨੇ ਦੇ ਹਿਸਾਬ ਨਾਲ ਉਵੇਂ ਹੀ ਚੱਲਣਾ ਚਾਹੀਦਾ। ਜਿਹੜੀ ਇਹ ਸੋਚ ਹੈ ਆਪਣੀ ਬਦਲਣੀ ਚਾਹੀਦੀ ਹੈ, ਬਦਲਣੀ ਚਾਹੀਦੀ ਹੈ। ਜਾਂ ਅੱਛਾ, ਜਿਹੜੇ ਮੁੰਡੇ ਕੁੜੀਆਂ ਨੂੰ ਛੇੜੀ ਚਲੀ ਜਾਂਦੀ ਆ ਕੱਪੜਿਆਂ ਕਰਕੇ ਵੇਖ ਕੇ, ਆ ਕਦੀ ਐ ਸੀਟੀ ਮਾਰਨਗੇ, ਕਦੀ ਐ ਅੱਖ ਮਾਰਨਗੇ, ਇਹਦਾ ਤਾਂ ਕੀ ਕਰਨਾ ਚਾਹੀਦਾ ਪੁੱਤ? ਇਹਨਾਂ ਨੂੰ ਚਿੱਤਰ ਕਰਨੇ ਚਾਹੀਦੇ। ਬੱਲੇ ਓਏ ਧੀਏ, ਤੇ ਤੋਂ ਮੈਂ ਵਾਰੀ ਵਾਰੀ ਜਾਵਾਂ, ਮਾਸੀ ਮੁੜ ਕੇ ਨਾ ਆਵੇ ਜਦੋਂ ਵਾਰੀ ਵਾਰੀ ਜਾਵੇ। ਬੜਾ ਚੰਗਾ ਲੱਗਾ, ਤੇ ਪੁੱਤ ਆਪਦਾ ਖਿਆਲ ਰੱਖੀ ਚੰਗਾ। ਚੁੰਨੀ ਹੋਣੀ ਚਾਹੀਦੀ ਆ, ਆ ਜੀਨਾਂ ਜੁਨਾ ਪਾਉਣੀਆਂ ਹੀ ਨਹੀਂ ਚਾਹੀਦੀਆਂ। ਪਰ ਤੁਸੀਂ ਕਿਆ ਕਹਿੰਦੇ ਹੋ ਭਾਈ, ਤੁਹਾਡੇ ਮੁਤਾਬਕ ਪਾਉਣੀਆਂ ਚਾਹੀਦੀਆਂ ਕਿ ਬਈ ਸੋਚ ਬਦਲਣੀ ਚਾਹੀਦੀ ਹੈ? ਹੁਣ ਮੈਨੂੰ ਤਾਂ ਸਾਰੇ ਇਹੀ ਕਹੀ ਚਲੀ ਜਾਂਦੇ, ਮਾਸੀ ਤੂੰ ਤਾਂ ਬੜਾ ਪੁਰਾਣਾ ਸੋਚਦੀ ਆ, ਤੇਰੀ ਤਾਂ ਸੋਚ ਇਹੋ ਜਿਹੀ ਹੈ। ਹੁਣ ਤੂੰ ਤਾਂ ਆਪਦੇ ਆਪ ਨੂੰ ਕਦੇ ਬੁੜਾ ਹੋਣ ਹੀ ਨਹੀਂ ਦਿੱਤਾ। ਫੇਸ਼ੀਅਲ ਕਰਾਉਣੀ ਆ ਮਾਸੀ, ਐ ਨਹੀਂ ਜਵਾਨ ਪਈ, ਬੇਸਣ ਲਾਉਂਦੀ ਆ ਹਲਦੀ ਪਾ ਕੇ ਦਹੀਂ ਪਾ ਕੇ ਤਾਂ ਜਵਾਨ ਪਈ ਆ ਮਾਸੀ। ਅਗਲਾ ਫੋਨ ਆ ਗਿਆ ਓਏ, ਆ ਗਿਆ, ਹੈਲੋ ਹੈਲੋ, ਹਾਂ ਸਤਿ ਸ੍ਰੀ ਅਕਾਲ ਪੁੱਤ। ਪੁੱਤ ਨਹੀਂ ਜੀ, ਮੈਂ ਤਾਂ ਬਹੁਤ, ਮੇਰੀ ਉਮਰ ਹੈਗੀ ਜੀ 45 ਸਾਲ ਦੀ ਉਮਰ। ਲੈ ਦੱਸ, 55 ਦੀ ਮਾਸੀ ਨੂੰ ਕਹਿੰਦਾ ਮੈਨੂੰ ਪੁੱਤ ਨਾ ਕਹੇ? ਹੈਂ ਅੱਛਾ, 55 ਸਾਲਾਂ ਦੀਆਂ ਮੈਂ, ਬੇਸਣ ਲਾਲਾ ਚਿੱਟੀ ਪਈਆਂ। ਓਹੋ, ਮੈਂ ਤਾਂ ਨਹੀਂ ਤੁਹਾਡਾ ਰੰਗ ਰੂਪ ਦੇਖ ਕੇ ਮੈਂ ਤਾਂ ਚੁਕੰਨਾ ਹੀ ਰਹਿ ਗਿਆ। ਤੁਸੀਂ ਆਹੋ ਕਹਿੰਦੀ ਮੇਰੀ ਤਵਚਾ ਸੇ ਮੇਰੀ ਉਮਰ ਦਾ ਪਤਾ ਹੀ ਨਹੀਂ ਚੱਲਦਾ। ਉਹ ਗੱਲ ਆ, ਮੈਨੂੰ ਤਾਂ ਐਡ ਵਾਲੇ ਨੇ ਫੋਨ ਵੀ ਕਰਿਆ ਤਾਂ, ਕਹਿੰਦੇ ਮਾਸੀ ਤੇਰੇ ਪਰ ਐਡ ਬਣਾਉਣੀ। ਮੈਂ ਕਿਹਾ ਮੈਂ ਨਹੀਂ ਆਉਂਦੀ। ਹਾਂ ਕਰ ਲੈਣੀ ਸੀਗੀ ਐਡ। ਨਾ ਨਾ ਤੂੰ ਉਹਨੂੰ ਛੱਡ ਪੁੱਤ, ਤੂੰ ਤਾਂ ਪਹਿਲਾਂ ਮੈਨੂੰ ਇਹ ਗੱਲ ਦੱਸ ਵੀ ਤੂੰ ਮੈਨੂੰ ਕੀ ਕਹਿੰਦਾ ਵੀ ਕੁੜੀਆਂ ਨੂੰ ਇਕੱਲੇ ਸੂਟ ਨਹੀਂ ਪਾਉਣੇ ਚਾਹੀਦੇ ਜਿੰਨਾ ਜੁਨਾ ਦੀਆਂ ਪਾਈ ਫਿਰਦੀਆਂ? ਨਾ ਪਾਣੀ ਚਾਹੀਦੀ ਆ, ਜਿੰਨਾ ਹੀ ਪਾਣੀ ਚਾਹੀਦੀ ਆ। ਹੈ? ਹਾਂ ਹਾਂ ਪਾਣੀਆਂ ਚਾਹੀਦੀਆਂ, ਜਿਹੜੀ ਦਾ ਜਿਹੜਾ ਉਹਨਾਂ ਦਾ ਦਿਲ ਕਰੇ ਉਹ ਚੀਜ਼ ਪਾਓ। ਹਾਏ ਵੇ, ਮੈਂ ਤਾਂ ਗੁਲਾਬੋ ਦੀਆਂ ਸਾਰੀਆਂ ਜੀਨਾਂ ਵੱਢਦੀਆਂ ਸੀਗੀਆਂ, ਮੈਂ ਤਾਂ ਉਹਨਾਂ ਦੇ ਬਣਾ ਤੇ ਪੋਚੇ। ਕਿਉਂ ਪੋਣੇ ਬਣਾ ਤੇ ਪੋਚੇ ਬਣਾ ਤੇ? ਮੈਨੂੰ ਤਾਂ ਗੁੱਸਾ ਬਾਲਾ ਚੜਦਾ ਜਦੋਂ ਜੀਨਾਂ ਪਾਉਣ ਦਿੱਤੀ ਤਾਂ, ਮੈਂ ਤਾਂ ਵੱਢਤੀ ਕੁੱਟਤੀ। ਐਸੀ ਗੁੱਸੇ ਵਾਲੀ ਕਿਹੜੀ ਗੱਲ, ਪਤਾ ਨਹੀਂ ਕਿਉਂ। ਅੱਛਾ ਮੈਨੂੰ ਗੱਲ ਦੱਸ, ਤੁਹਾਡੇ ਕੈਨੇਡੇ ਮਾਂ ਕੁੜੀਆਂ ਨੂੰ ਛੇੜਦੇ ਹੁੰਦੇ ਆ? ਹਾਂ ਥੋੜੀਆਂ ਬਹੁਤੀਆਂ, ਉਹਨੀਆਂ ਨਹੀਂ ਛੇੜਦੇ ਜਿੰਨੀਆਂ ਇੰਡੀਆ ਚ ਛੇੜਦੇ ਨੇ। ਤੇ ਫਿਰ ਉਧਰਲੇ ਮਾਮੇ ਨਹੀਂ ਫੜਦੇ ਹੁੰਦੇ? ਮਾਮਿਆਂ ਨੂੰ ਪਤਾ ਹੀ ਨਹੀਂ ਚੱਲਦਾ, ਪੰਜਾਬੀ ਬੜੇ ਚਲਾਕ ਹੁੰਦੇ। ਤੂੰ ਕਦੀ ਛੇੜਿਆ ਕਿਸੇ ਕੁੜੀ ਨੂੰ? ਹਾਂ ਨਹੀਂ ਮੈਂ ਇੰਡੀਆ ਚ ਛੇੜੀਆਂ ਹੈਗੀਆਂ, ਇੱਧਰ ਨਹੀਂ ਹੈ। ਮਤਲਬ ਤੇਰੇ ਕਹਿਣ ਦਾ ਇਹ ਹੈ ਕਿ ਵੀ ਬੰਦੇ ਵਾਕਈ ਕੁੜੀਆਂ ਨੂੰ ਛੇੜਦੇ ਆ? ਵੀ ਪੁੱਤ ਕੰਮ ਤਾਂ ਬਹੁਤ ਗੰਦਾ ਆ, ਬਹੁਤ ਭੈੜਾ ਕੰਮ ਆ, ਕਸੂਤਾ ਕੰਮ ਆ। ਨਾ ਕੁੜੀਆਂ ਖੁਦ ਕਹਿੰਦੀ ਆ ਸਾਨੂੰ ਛੇੜੋ, ਕੁੜੀਆਂ ਖੁਦ ਆਫਰ ਦਿੰਦੀ ਆ। ਕਿੱਦਾਂ ਕਹਿ ਸਕਦਾ ਭਾਈ ਪੁੱਤ ਤੂੰ ਇਹ ਗੱਲ ਕਿ ਕੁੜੀਆਂ ਕਹਿੰਦੀਆਂ ਸਾਨੂੰ ਛੇੜੋ? ਉਹ ਜਿੱਦਾਂ ਜਿਸ ਤਰੀਕੇ ਨਾਲ ਤਿਆਰ ਹੋ ਕੇ ਜਾਂਦੀਆਂ ਉਹ ਤਾਂ ਡਿਸਕਸ ਕਰਦੀਆਂ ਬਕਾਇਦਾ ਕਿ ਅੱਜ ਮੈਨੂੰ 3 ਛੇੜਿਆ, ਅੱਜ ਮੈਨੂੰ 5 ਛੇੜਿਆ, ਪੂਰੀਆਂ ਜਿਹੜੀਆਂ ਉਹਦੇ ਟੋਲੀ ਲੱਗਦੀ ਹੈ ਕਿ ਸਾਰੀਆਂ ਦਾ ਗੱਲ। ਨਾ ਪੁੱਤਰਾ ਮੈਨੂੰ ਬਾਲਾ ਦੇਖੀ ਤੈਨੂੰ ਬੁਰਾ ਲੱਗੇ ਚੰਗਾ, ਪਰ ਮੈਂ ਲਾਣਤ ਪਾਉਂਦੀਆਂ ਇਹੋ ਜੀਆਂ ਗੱਲਾਂ ਤੇ ਜਿਹੜੀਆਂ ਤੂੰ ਕਰਦਾ। ਆ ਤਾਂ ਗਲਤ ਗੱਲ ਆ ਨੀਰੀ ਕਿ ਕੁੜੀਆਂ ਕਹਿੰਦੀਆਂ ਵੀ ਸਾਨੂੰ ਆ ਕੇ ਛੇੜੋ। ਹੈ ਹਾਂ ਹਾਂ ਚੰਗਾ ਬਿੱਟਾ ਪੁੱਤ ਫੋਨ ਰੱਖ।
ਗੁੱਸਾ ਚੜਾ ਦਿਆ ਮਾਸੀ ਨੂੰ, ਕਹਿੰਦਾ ਵੀ ਕੁੜੀਆਂ ਆਪੇ ਕਹਿੰਦੀਆਂ ਨਾ ਸਾਨੂੰ ਆ ਸੇੜੋ, ਇਹੋ ਜੀ ਕੋਈ ਗੱਲ ਨਹੀਂ ਹੁੰਦੀ। ਆ ਫੋਨ ਨਹੀਂ ਕੱਟਦਾ, ਇੱਕ ਤਾਂ ਮਰ ਜਾਣਾ। ਕੱਟ ਗਿਆ ਵੇ, ਕੱਟ ਗਿਆ, ਕੱਟ ਗਿਆ। ਹਾਂ ਦੇਖੋ, ਲੋਕੀ ਕਹਿੰਦੇ ਵੀ ਜਿਹੜੇ ਲੋਕੀ ਕੁੜੀਆਂ ਨੂੰ ਸੇੜਦੇ ਆ ਵੀ ਇਹਨਾਂ ਦੀ ਤਾਂ ਸਿੱਤਰਾਂ ਪਹਿਣੀਆਂ ਚਾਹੀਦੀਆਂ। ਮਾਸੀ ਵੀ ਤਾਂ ਇਹੀ ਕਹਿੰਦੀ ਆ ਕਿ ਬਈ ਪਹਿਰਾਵੇ ਦੇ ਉੱਤੇ ਤਾਂ ਵੈਸੇ ਥੋੜ੍ਹਾ ਬਹੁਤਾ ਤਾਂ ਚੱਲ ਫਰਕ ਪੈ ਜਾਂਦਾ, ਜੇਕਰ ਬਾਲੇ ਛੋਟੇ ਕੱਪੜੇ ਪਾਏ ਹੋਣ ਉਹ ਗੱਲ ਲਹਿਦਾ ਹੁੰਦੀ ਆ, ਚੰਗਾ ਨਹੀਂ ਲੱਗਦਾ। ਕਹਿੰਦੇ ਹੁੰਦੇ ਨੇ ਨਾ ਕਿ ਬਈ ਖਾਓ ਮਨ ਭਾਉਂਦਾ ਅਤੇ ਪਾਓ ਜੱਗ ਭਾਉਂਦਾ। ਹੁਣ ਜੱਗ ਦੇ ਵਿੱਚ ਥੋੜ੍ਹੀ ਮਾਸੀ ਨਹੀਂ ਆਉਂਦੀ, ਆਉਂਦੀ ਆ ਨਾ, ਤਾਂ ਹੀ ਤਾਂ ਮਾਸੀ ਕਹਿੰਦੀ ਆ ਵੀ ਇਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਆ, ਇਹੋ ਜਿਹੇ ਲੀੜੇ ਪਾਉਣੇ ਚਾਹੀਦੇ ਆ ਵੀ ਜਿਨ੍ਹਾਂ ਦੇ ਨਾਲ ਨਾ ਲੋਕੀ ਤੁਹਾਨੂੰ ਪਸੰਦ ਕਰਨ। ਆ ਨਹੀਂ ਕਿ ਲੋਕੀ ਤੁਹਾਨੂੰ ਘੂਰੀਆਂ ਵੱਟਣ। ਹੁਣ ਆ ਖੜਿਆ ਇੱਥੇ ਵੇਖੀ ਮੈਨੂੰ ਘੋਰੀਆਂ ਵੱਟੀ ਜਾਂਦਾ, ਕਹਿੰਦਾ ਮਾਸੀ ਬੋਲੀ ਚਲੀ ਜਾਂਦੀ ਆ, ਬ੍ਰੇਕ ਤਾਂ ਲੈ ਲੈ। ਆ ਲੈਂਦੀ ਆ ਪਿੱਤ ਲੈ ਲਈ, ਹਾਏ ਮੈਂ ਮਿਲਦੀ ਤੁਹਾਨੂੰ ਬ੍ਰੇਕ ਤੋਂ ਬਾਅਦ। ਹਾਏ ਵੇ ਪਿੰਕੀ, ਤੈਨੂੰ ਤਾਂ ਆਪਦੀ ਸੋਚ ਹੀ ਚੇਂਜ ਕਰਨੀ ਪੈਣੀ ਆ। ਵੀ ਸਾਰੇ ਕਹਿੰਦੇ ਆ ਕਿ ਮਾਸੀ ਤੂੰ ਪੁਰਾਣੇ ਜ਼ਮਾਨੇ ਵਾਲਾ ਸੋਚਦੀ ਹੈ, ਹੁਣ ਤਾਂ ਲੋਕਾਂ ਨੂੰ ਆਪਦੀ ਸੋਚ ਬਦਲਣ ਦੀ ਲੋੜ ਹੈ। ਸੂਟ ਪਾਇਆ ਹੋਵੇ, ਭਾਵੇਂ ਜੀਨ ਪਾਈ ਹੋਵੇ, ਕਿਸੇ ਦੀ ਹਿੰਮਤ ਨਹੀਂ ਪੈਣੀ ਚਾਹੀਦੀ ਕੁੜੀਆਂ ਨੂੰ ਛੇੜਨ ਦੀ। ਜੇਕਰ ਮੈਂ ਸੜਕਾਂ ਪਰ ਛੇੜਦਾ ਕਿਸੇ ਕੁੜੀ ਨੂੰ ਫਿਰ ਕੋਈ ਵੇਖ ਲਿਆ ਨਾ, ਤਾਂ ਨਾ ਕਿਹੋ ਮਾਸੀ ਨੂੰ ਗੁੱਸਾ ਆ ਗਿਆ। ਮੈਂ ਆ ਗਈ ਬ੍ਰੇਕ ਤੋਂ ਬਾਅਦ ਵਾਪਸ, ਵੈਲਕਮ ਬੈਕ। ਅੰਗਰੇਜ਼ੀ ਵੀ ਆਉਂਦੀ ਮਾਸੀ ਨੂੰ। ਤੇ ਦੂਜੀ ਗੱਲ ਇਹ ਆ ਵੀ ਜਿਹੜੇ ਲੋਕੀ ਨਾ ਕੁੜੀਆਂ ਨੂੰ ਛੇੜਦੇ ਆ ਨਾ, ਮੈਂ ਤਾਂ ਸੋਚਦੀ ਹੁੰਦੀ ਸੀ ਭਾਈ ਜਿਹੜੀਆਂ ਨੇ ਇਕੱਲੀਆਂ ਜੀਨਾਂ ਪਾਈਆਂ ਹੁੰਦੀਆਂ ਇਹਨਾਂ ਨੂੰ ਵੀ ਛੇੜੀ ਚਲੀ ਜਾਂਦੇ ਆ, ਆਹ ਤਾਂ ਕਹਿੰਦੇ ਕਿ ਜਿਹਨੇ ਸੂਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਨਹੀਂ ਛੱਡਦੇ ਹੈਗੇ। ਨਾਲੇ ਨਾ ਕਹਿੰਦੇ ਕਿ ਭਾਈ ਤੁਹਾਡੇ ਅਮਰੀਕੇ ਕਨੇਡੇ ਮਤ ਨਹੀਂ ਕੋਈ ਛੇੜਦਾ। ਵੀ ਉੱਥੇ ਇੱਕ ਭਾਈ ਨੇ ਮੈਨੂੰ ਫੋਨ ਕਰਕੇ ਦੱਸਿਆ, ਕਹਿੰਦਾ ਕਿ ਇੱਥੇ ਛੇੜਦੇ ਤਾਂ ਹੈਗੇ ਪਰ ਮਾਮਿਆਂ ਨੂੰ ਪਤਾ ਨਹੀਂ ਲੱਗਦਾ। ਭਾਈ ਇੱਥੇ ਤਾਂ ਮਾਮਿਆਂ ਨੂੰ ਪਤਾ ਵੀ ਲੱਗ ਜਾਵੇ ਫਿਰ ਵੀ ਕੁਛ ਨਹੀਂ ਕਹਿੰਦੇ, ਆਪੇ ਹੀ ਕਰਨਾ ਪੈਂਦਾ ਜੋ ਕਰਨਾ ਪੈਂਦਾ। ਤੇ ਇੱਕ ਫੋਨ ਆਇਆ, ਮੈਂ ਜਰਾ ਇਹਨਾਂ ਨਾਲ ਗੱਲ ਕਰਾਂ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਮਾਸੀ। ਸਤਿ ਸ੍ਰੀ ਅਕਾਲ ਪੁੱਤ, ਕੀ ਆ ਨਾ ਹੋਏ ਤੇਰਾ? ਬਸ ਵਧੀਆ ਮਾਸੀ, ਪਾਲ ਸਿੰਘ ਜੱਸੀ ਬੋਲਦਾ ਜੀ ਵੈਂਕੂਵਰ ਤੋਂ। ਕੀ ਬਾਤਾਂ ਨੇ ਬਈ, ਤੇਰਾ ਜਸਪਾਲ ਸਿੰਘ ਜੱਸੀ ਬੜਾ ਪਿਆਰਾ ਨਾਮ ਹੈ ਪੁੱਤ। ਕੱਕ ਕੰਮ ਕਾਲ ਕਰਦਾ ਕੋਈ? ਹਾਂ ਮਾਸੀ। ਕੀ ਕਰਦਾ? ਟੈਕਸੀ ਚਲਾਉਂਦਾ ਮਾਸੀ। ਵਾਹ ਬੇ, ਟੈਕਸੀਆਂ ਬਾਲੀਆਂ ਚਲਾਉਂਦੀਆਂ ਨੇ ਵਿਦੇਸ਼ਾਂ ਚ ਜਾ ਕੇ। ਹਾਏ, ਜਦ ਮਾਸੀ ਆਉ ਮਾਸੀ ਨੂੰ ਘਮਾਉਂਗਾ। ਹਾਂ ਮਾਸੀ, ਪੂਰਾ ਘਮਾਉਂਗਾ। ਹਾਏ, ਆ ਨਾ ਹੋਏ ਕਿਤੇ ਗੁੱਤਣੀ ਤੋਂ ਫੜ ਕੇ ਤੇ ਮਾਸੀ ਘਮਾ ਦੇਵੇ, ਕਹੇ ਮਾਸੀ ਘਮਾਤੀ। ਨਹੀਂ ਨਹੀਂ ਮਾਸੀ, ਮੈਂ ਇੱਧਰ, ਤੁਸੀਂ ਇੱਧਰ ਕਿਉਂ ਕਹਿ ਰਹੇ ਹੋ? ਹਾਏ ਪਤਾ ਕੀ ਆ, ਉਰੇ ਤੈਨੂੰ ਨਹੀਂ ਪਤਾ ਇੰਡੀਆ ਮਾ ਤਾਂ ਇਹੀ ਹਾਲ ਹੋਇਆ ਪਿਆ, ਨਹੀਂ ਵੇਖਦੇ ਬੰਦਾ ਬੁੜਾ, ਨਹੀਂ ਵੇਖਦੇ ਬੰਦਾ ਜਵਾਨ ਆ। ਨਹੀਂ ਨਹੀਂ ਮਾਸੀ, ਇਹ ਤੂੰ ਆ ਤਾਂ, ਤੈਨੂੰ ਪੂਰਾ ਘੁਮਾਵਾਂਗੇ ਉਰੇ ਅਸੀਂ। ਚੱਲ ਹਾਏ ਵੇ, ਸੱਚੀ ਬਾਲਾ ਹੀ ਚੰਗਾ ਪੁੱਤ ਹੈ ਮੇਰਾ। ਅੱਛਾ ਪੁੱਤ, ਮੈਨੂੰ ਗੱਲ ਦੱਸ, ਕੁੜੀਆਂ ਤਾਂ ਨਹੀਂ ਛੇੜਦਾ? ਨਹੀਂ ਮਾਸੀ, ਬਿਲਕੁਲ ਨਹੀਂ, ਮੈਂ ਨਾ ਕੁੜੀਆਂ ਨਾ ਬੁੜੀਆਂ ਕੋਈ ਨਹੀਂ ਛੇੜਦਾ, ਪਰ ਮੈਂ ਇੱਕ ਗੱਲ ਪੁੱਛਣੀ ਮਾਸੀ ਤੈਨੂੰ। ਹਾਂ ਪੁੱਤ। ਮਾਸੀ, ਕਦੇ ਮਾਸੜ ਨੇ ਵੀ ਕੁੜੀਆਂ ਛੇੜੀਆਂ ਕਦੇ? ਮਾਸੜ ਤੁਹਾਡੇ ਨੇ ਨਾ ਮੇਰੇ ਨਾਲ ਜਾਂਦੇ ਨੇ, ਜੇਕਰ ਕਿਸੇ ਕੁੜੀ ਨੂੰ ਐਂ ਕਰਕੇ ਵੀ ਵੇਖ ਲਿਆ ਨਾ, ਤਾਂ ਮਾਸੜ ਦੇ ਡੇਲੇ ਐਂ ਹੀ ਰਹਿ ਗਏ ਸੀ। ਅੱਜ ਤੱਕ ਟੀਰਾ ਕਰਿਆ ਵਿਆ ਮੈਂ ਏਦਾਂ ਦਾ, ਮੁੜ ਕੇ ਨਹੀਂ ਕਦੇ ਕਿਸੇ ਵੱਲ ਵੇਖਿਆ। ਮਾਸੀ ਤੁਹਾਡੀ ਬਹੁਤ ਗੁੱਸਾ ਹੁੰਦੀ ਹੈ ਇਹੋ ਜਿਹੀਆਂ ਚੀਜ਼ਾਂ ਤੇ, ਮਾਸੜ ਨਹੀਂ ਹੁਣ ਛੇੜਦਾ, ਹੁਣ ਤਾਂ ਵਿਚਾਰਾ ਵੇਖਦਾ ਵੀ ਹੈ ਨਹੀਂ। ਹੁਣ ਤਾਂ ਮਾਸੜ ਤੀਰ ਵਰਗਾ ਸਿੱਧਾ ਕਰਤਾ ਮਾਸੀ ਹੈ। ਲੈ ਤੂੰ ਗੱਲ ਤਾਂ ਕਰ ਪੁੱਤ, ਹੋਰ ਕਿਹੜੇ ਨੂੰ ਤੀਰ ਵਰਗਾ ਸਿੱਧਾ ਕਰਨਾ ਹੈਗੀ ਗੁਲਾਬੋ ਦੀ ਮਾਸੀ। ਅੱਛਾ ਮਾਸੀ, ਚਲੋ ਚੰਗੀ ਗੱਲ ਮਾਸੀ। ਮਾਸੜ ਤਾਂ ਤੁਹਾਡਾ ਐ ਜਮਾ ਸਿੱਧਾ, ਵੈਸੇ ਮਾਸੜ ਚੰਗਾ ਵੀ ਬਹੁਤ ਹੈ ਵਿਚਾਰਾ ਪੁੱਤ, ਉਹ ਤਾਂ ਆਪ ਕਹਿੰਦਾ ਵੀ ਨਾ ਨਾ ਇਹ ਕੁੜੀਆਂ ਸੇੜਨ ਵਾਲੇ ਕੰਮ ਤਾਂ ਬਾਲੇ ਕਸੂਤੇ ਹੁੰਦੇ ਨੇ, ਗੰਦੇ ਹੁੰਦੇ ਨੇ ਉਹ। ਬਾਕੀ ਉਵੇਂ ਕਦੀ ਕਿਸੇ ਨੂੰ ਵੇਖ ਵੂਖ ਲਿਆ ਹੋਵੇ ਤਾਂ ਗੱਲ ਹੋਰ ਹੈ, ਕਿ ਮੈਂ ਤਾਂ ਫਿਰ ਹਾਂ ਮੈਂ ਤਾਂ ਬਰਦਾਸ਼ਤ ਨਹੀਂ ਹੁੰਦਾ। ਮਾਸੀ, ਮਾਸੜ ਨੂੰ ਕਿਉਂ ਨਹੀਂ ਲਈ ਪ੍ਰੋਗਰਾਮ ਚ? ਓਹੋ, ਤੁਹਾਨੂੰ ਪਤਾ ਜਦੋਂ ਮੇਰੀ ਭੈਣ ਆਈ ਸੀ ਹੈ ਨਾ ਗੁਲਾਬ ਕੌਰ, ਫਿਰ ਮੇਰਾ ਜੀਜਾ ਆਇਆ ਤਾਂ ਗੁਲਾਬ ਸਿੰਘ ਗੁਲਾਬਪੁਰ ਤੋਂ ਹੈ ਨਾ, ਤੇ ਹੁਣ ਮੈਂ ਆ ਗਈ ਪਿੰਕੀ ਰੋਜੀ ਪਿੰਕ, ਤੇ ਹੁਣ ਅੱਜ ਤੁਹਾਡਾ ਮਾਸੜ ਵੀ ਅੱਜ ਮੇਰੇ ਪਿੱਛੇ ਪਿੱਛੇ ਹੀ, ਕਿਸੇ ਨਾ ਕਿਸੇ ਦਿਨ ਲੈ ਕੇ ਆਉਂਗੀ, ਸੱਦੂਗੀ ਉਹਨੂੰ, ਟਰੱਕ ਚਲਾਉਂਦਾ ਨਾ ਉਹ ਵੀ। ਚੰਗਾ ਮਾਸੀ, ਚੰਗਾ ਪੁੱਤ, ਜਿਉਂਦਾ ਰਹਿ। ਹੋਰ ਹਾਂ ਬਾਈ, ਮੇਰੇ ਘਰ ਵਾਲੇ ਵਾਲੇ ਜਾਣਨ ਵਾਲੇ ਵੀ ਸਾਰੇ ਕਹਿੰਦੇ ਹੁਣੇ ਮਾਸੜ ਕਰਦਾ ਕਿਆ ਕਰਦਾ ਕਿਆ, ਮੈਂ ਨਹੀਂ ਦੱਸਦੀ ਮਾਸੜ ਕਰਦਾ ਕਿਆ। ਮਾਸੜ ਦਾ ਵੈਸੇ ਵੇਲ ਲਾਈ ਤਾ, ਮੈਂ ਇਹੀ ਵਿਆਹ ਤੋਂ ਬਾਅਦ ਟਰੱਕ ਚਲਾਉਣਾ ਲਾਇਆ, ਮੇਰਾ ਤਾਂ ਐਵੇਂ ਵੇਲੜ ਜਿੰਨਾ ਵਿਆਹ ਕਰਕੇ ਰੱਖਤਾ। ਹੈਲੋ, ਫੋਨ ਹੈਗਾ ਹੋਰ ਕੋਈ? ਹੈਲੋ ਹੈਲੋ, ਹਾਂਜੀ ਬਿੱਟੂ ਹੋਰ ਐਡਵਾਂਟੋ ਤੋਂ। ਹਾਂ ਪੁੱਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕਿਆ ਨਾਮ ਆ? ਹਾਂਜੀ, ਨਾਂ ਕਿਆ ਹੈ ਤੇਰਾ ਪੁੱਤ? ਬਿੱਟੂ, ਬਿੱਟੂ। ਹੋ ਬਿੱਟੂ, ਹਾਂ ਮੈਨੂੰ ਬੜਾ ਹੀ
ਚੰਗਾ ਲੱਗਦਾ ਬਿੱਟੂ, ਸਾਡੇ ਪਿੰਡ ਮਾਂ ਦੁੱਧ ਪਾਉਣ ਆਉਂਦਾ ਹੁੰਦਾ ਤਾਂ ਮੈਨੂੰ ਤਾਂ ਡੋਲੂਆਂ ਹੀ ਦੁੱਧ ਦਾ ਫ੍ਰੀ ਫੜਾ ਜਾਂਦਾ ਸੀਗਾ। ਕਹਿੰਦਾ ਮਾਸੀ ਆਪਦੀ ਸਕਿਨ ਪਰ ਲਾਇਆ ਕਰ ਕੱਚਾ ਦੁੱਧ, ਬੇਸਣ ਮਾਂ ਮਿਲਾ ਕੇ, ਬਾਲਾਂ ਪਰ ਲਾਇਆ ਕਰ ਦਹੀਂ ਮਾਂ ਮਿਲਾ ਕੇ। ਮੈਂ ਤਾਂ ਲਾਉਂਦੀ ਹੁੰਦੀ ਸੀ। ਹਾਏ ਮਾਂ ਲੱਗ ਰਹੀ ਤੁਸੀਂ ਗ੍ਰੀਨ ਸੂਟ ਪਾਇਆ ਅੱਜ। ਹਾਏ ਵੇ ਸੋਹਣਾ ਲੱਗਦਾ, ਬਹੁਤ ਸੋਹਣਾ ਲੱਗਦਾ ਜੀ। ਦੇਖੀ ਆ ਤੇਰੇ ਮਾਸੜ ਨੇ ਲੈ ਕੇ ਦਿੱਤਾ ਦਾ ਮੈਨੂੰ ਪੁੱਤ, ਸਾਡੀ ਬੈਲਡਿੰਗ ਐਨੀਵਰਸਰੀ ਸੀ ਨਾ, ਬੈਲਡਿੰਗ ਐਨੀਵਰਸਰੀ। ਅੱਛਾ ਅੱਛਾ, ਹਾਂ ਉਸ ਪਰ ਲੈ ਕੇ ਦਿੱਤਾ ਦਾ। ਅੱਛਾ ਪੁੱਤ ਇੱਕ ਗੱਲ ਦੱਸ, ਮੇਰਾ ਸੂਟ ਤੇ ਵਧੀਆ ਤੇ ਜਿਹੜੀਆਂ ਕੁੜੀਆਂ ਸੂਟ ਪਾਉਂਦੀਆਂ ਹੁੰਦੀਆਂ ਨੇ ਉਹਨੂੰ ਮੁੰਡੇ ਕਦੀ ਨਹੀਂ ਛੇੜ ਦੇਣਾ? ਨਹੀਂ ਨਹੀਂ ਛੇੜਨਾ ਨਹੀਂ ਚਾਹੀਦਾ ਜੀ। ਨਹੀਂ ਛੇੜਨਾ ਚਾਹੀਦਾ? ਨਹੀਂ ਜਿਹੜੀਆਂ ਸੂਟ ਪਾਉਂਦੀਆਂ ਇਹਨਾਂ ਨੂੰ ਕਦੀ ਕੋਈ ਛੇੜਦਾ ਹੀ ਨਹੀਂ, ਮੈਂ ਤਾਂ ਕਹਿੰਦੀ ਆ ਆ ਜੀਨਾਂ ਵਾਲੀਆਂ ਨੂੰ ਛੇੜਦੇ ਨੇ। ਹਾਂਜੀ ਹਾਂਜੀ ਹਾਂਜੀ, ਸੂਟ ਵਾਲਿਆਂ ਦੀ ਸੇਫਟੀ ਹੈ ਜੀ। ਅੱਛਾ ਤੂੰ ਮੇਰੀ ਗੱਲ ਨਾਲ ਸਹਿਮਤ ਆ ਨਾ? ਹਾਂਜੀ ਹਾਂਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ। ਵਾਹ ਜੀ ਵਾਹ, ਕੀ ਬਾਤ ਹੈ। ਦੇਖੀ ਆ ਜਿਹੜੇ ਮੁੰਡੇ ਵੈਸੇ ਕੁੜੀਆਂ ਨੂੰ ਛੇੜਦੇ ਆ ਨਾ, ਬਸ ਤੇ ਕਹਿਣਾ ਕਿਆ ਚਾਹੁੰਦਾ? ਵੈਸੇ ਨਹੀਂ ਛੇੜਨਾ ਚਾਹੀਦੀ, ਉਹਨੇ ਘਰ 'ਚ ਵੀ ਧੀਆਂ ਪੈਣਾ ਆ। ਹਾਂ ਹਾਂ ਕਿਆ ਬਾਤ ਹੈ, ਤੇਰੇ ਤੋਂ ਮੈਂ ਵਾਰੀ ਵਾਰੀ ਜਾਵਾਂ ਪੁੱਤ, ਬਹੁਤ ਚੰਗੀ ਗੱਲ ਆ ਤੇਰੀ। ਅੱਛਾ ਜਿਹੜੇ ਕਹਿੰਦੇ ਕੁੜੀਆਂ ਜੀਨ ਪਾਉਂਦੀਆਂ ਨੇ ਤਾਂ ਛੇੜਦੇ ਨੇ, ਆ ਗੱਲ ਸੱਚ ਹੈ? ਸੱਚ ਹੈ ਵੀ ਜੀਨ ਨਹੀਂ ਪਾਣੀ ਚਾਹੀਦੀ ਆ, ਆਪਣਾ ਚੁੰਨੀ ਲੈ ਕੇ ਰੱਖੋ, ਵਧੀਆ ਪੰਜਾਬੀ ਕਲਚਰ ਆਪਣਾ ਰੱਖੋ। ਆਏ ਹਾਏ ਹਾਏ ਹਾਏ, ਦੇਖੀ ਦੁਨੀਆ 'ਚ ਕੋਈ ਤੇ ਹੈ ਜਿਹਦੀ ਮਾਸੀ ਨਾਲ ਸੋਚ ਰਲਦੀ ਆ। ਚੰਗਾ ਵਾਹ ਵੇ, ਗੁਲਾਬੋ ਨੂੰ ਤਾਂ ਕਿੱਡੇ ਸਾਰੇ ਫੋਨ ਆਉਂਦੇ ਆ, ਮੈਂ ਤਾਂ ਇੱਡੀ ਜਹਾਜ਼ 'ਚ ਬੈਠੀ ਦਾ ਕਦੇ ਸੋਚਿਆ ਵੀ ਨਹੀਂ, ਸੁਪਨਾ ਵੀ ਨਹੀਂ ਤਾਂ ਆਇਆ। ਅੱਜ ਵੇਖ ਕਿਸਮਤ ਖੁੱਲ ਗਈ, ਭਾਗ ਖੁੱਲ ਗਏ ਗੁਲਾਬੋ ਦੀ ਮਾਸੀ ਦੇ, ਅੱਜ ਤਾਂ ਮੈਨੂੰ ਲੋਕਾਂ ਨੇ ਫੋਨ ਕਰ ਕਰ ਅਮਰੀਕੇ ਅਤੇ ਕਨੇਡਾ ਤੋਂ ਰਜਾਈ ਦਿੱਤਾ। ਅੱਛਾ ਹਾਂ ਵੈਸੇ ਨਾ ਮੈਂ ਹੁਣ ਆਪਦੀ ਸੋਚ ਬਦਲਦੀ ਹਾਂ, ਮੈਨੂੰ ਲੱਗਦਾ ਮੈਂ ਗਲਤ ਸੋਚਦੀ ਹੁੰਦੀ ਸੀ ਕਿ ਭਾਈ ਜਿਹੜੀਆਂ ਕੁੜੀਆਂ ਸੂਟ ਪਾਉਂਦੀਆਂ ਹੁੰਦੀਆਂ ਨੇ ਉਹਨਾਂ ਨੂੰ ਕੋਈ ਛੇੜਦਾ ਨਹੀਂ, ਅਤੇ ਜਿਹੜੀਆਂ ਜੀਨਾਂ ਪਾਉਂਦੀਆਂ ਨੇ ਉਹਨਾਂ ਨੂੰ ਬੰਦੇ ਛੇੜਦੇ ਵਾਲਾ ਜ਼ਿਆਦਾ ਨੇ। ਪਰ ਨਾ ਜੇਕਰ ਤੁਹਾਡੇ ਵਿੱਚੋਂ ਕੋਈ ਹੁਣੇ ਵੀ ਮੈਨੂੰ ਦੱਸਣਾ ਚਾਹੁੰਦਾ ਨਾ ਕਿ ਮਾਸੀ ਤੂੰ ਗਲਤ ਸੋਚਦੀ ਆ ਤਾਂ ਮੈਨੂੰ ਦੱਸ ਦੇ। ਇੱਕ ਫੋਨ ਆਇਆ ਬੈ, ਮੈਂ ਜਰਾ ਇਸ ਕੀ ਗਹਿਲ ਗੱਲ ਕਰ ਲਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲਦਾ ਪੁੱਤ? ਦਲਜੀਤ ਨਹੀਂ ਜੀ, ਨਹੀਂ ਉਹ ਦੂਜਾ ਜੀ। ਅੱਛਾ ਅੱਛਾ, ਹੋਰ ਕਿਹੜੇ ਵਾਲਾ, ਕਿੱਥੋਂ ਬੋਲਦਾ ਪੁੱਤ? ਮੈਂ ਕੈਨੇਡਾ ਤੋਂ ਬੋਲਦਾ ਜੀ। ਕੈਨੇਡੇ ਤੋਂ? ਮੇਰਾ ਤਾਂ ਬਹੁਤ ਜ਼ਿਆਦਾ ਸੁਪਨਾ ਕੈਨੇਡੇ ਆਉਣ ਦਾ, ਬਸ ਆਈ ਦੇਖੀ ਮੈਂ, ਹੁਣੇ ਆਈ। ਤੂੰ ਕਰ ਗੱਲ, ਮੈਂ ਆਈ। ਆ ਜਾਓ ਜੀ ਆ ਜਾਓ। ਪਰ ਦਾ ਮੈਂ ਨਹੀਂ ਆਉਂਦੀ, ਮੈਂ ਨਹੀਂ ਆਉਂਦੀ, ਤੂੰ ਪਹਿਲਾਂ ਮੇਰੀ ਗੱਲ ਦਾ ਜਵਾਬ ਤਾਂ ਦੇ। ਹਾਂਜੀ। ਅੱਛਾ ਮੈਨੂੰ ਇਹ ਦੱਸ ਕਿ ਭਾਈ ਆ ਜਿਹੜੇ ਮੁੰਡੇ ਹੁੰਦੇ ਨੇ ਆ ਸੂਟ ਪਾਈ ਹੋਈ ਇਕੱਲੀ ਕੁੜੀਆਂ ਨੂੰ ਛੇੜਦੇ ਨੇ ਜਾਂ ਫਿਰ ਜਿੰਨਾ ਟੱਪਾ ਵਾਲੀਆਂ ਨੂੰ ਛੇੜਦੇ ਨੇ? ਜਿੰਨਾ ਵਾਲੇ ਨੂੰ ਛੇੜਦੇ ਨੇ, ਸੂਟ ਪਾਈ ਨੂੰ ਕੋਈ ਨਹੀਂ ਛੇੜਦਾ। ਹਾਏ, ਤੁਹਾਡੇ ਕੈਨੇਡੇ ਮਾਂ ਵੀ ਛੇੜਦੇ ਨੇ? ਨਾ ਜੀ ਨਾ, ਇੱਥੇ ਨਹੀਂ ਛੇੜਦੇ। ਅੱਛਾ ਤੂੰ ਵੈਸੇ ਇੰਡੀਆ ਤੋਂ ਗਿਆ ਵਿਆ? ਮਾਮੇ ਫੜ ਲੈਂਦੇ ਜੀ। ਇੰਡੀਆ ਤੋਂ ਗਿਆ ਵਿਆ? ਹਾਂਜੀ, ਇੰਡੀਆ 'ਚ ਛੇੜਦੇ ਹੈਗੇ ਜੀ। ਅੱਛਾ ਪੁੱਤ ਤੂੰ ਇੰਡੀਆ 'ਚ ਰਿਹਾ ਵਿਆ ਵੈਸੇ? ਹਾਂਜੀ। ਤੈਂ ਛੇੜੀ ਕਦੇ ਕੋਈ ਕੁੜੀ? ਨਾ ਜੀ ਨਾ। ਚੰਗਾ ਹੋਇਆ ਨਹੀਂ ਛੇੜੀ, ਤਾਂ ਮਾਸੀ ਨੇ ਤੇਰੀ ਕਲਾਸ ਲੈ ਲੈਣੀ ਸੀ। ਤਾਂ ਹੀ ਨਹੀਂ ਛੇੜੀ, ਮੈਨੂੰ ਪਤਾ ਸੀ ਉੱਧਰ ਮਾਸੀ ਰਹਿੰਦੀ ਹੈ। ਆਏ ਹਾਏ, ਦੇਖਿਆ ਮਾਸੀ ਦਾ ਤੇ ਰੋਹ ਵੀ ਬਹੁਤ ਆ। ਅੱਛਾ ਦੂਜੀ ਗੱਲ ਮੈਨੂੰ ਇਹ ਦੱਸ ਪੁੱਤ, ਜਿਹੜੇ ਮੁੰਡੇ ਆ ਕੁੜੀਆਂ ਨੂੰ ਛੇੜਦੇ ਹੁੰਦੇ ਨੇ, ਇਹਨਾਂ ਵਾਸਤੇ ਤੇਰਾ ਕੀ ਸੋਚ ਆ, ਤੇਰੀ ਕੀ ਕਹਿਣਾ ਚਾਹੁੰਦਾ? ਇਹਨਾਂ ਨੂੰ ਨਹੀਂ ਛੇੜਨਾ ਚਾਹੀਦਾ, ਸਾਰਿਆਂ ਦੀਆਂ ਪੈਨਾਂ ਸਾਂਝੀਆਂ ਹੁੰਦੀਆਂ ਨੇ। ਵਾਹ, ਸਹੀ ਗੱਲ ਹੈ ਵੀ ਜਿਹੜੇ ਲੋਕ ਇਹੋ ਜਿਹੇ ਕਸੂਤੇ ਕੰਮ ਕਰਦੇ ਨੇ ਉਹ ਗਲਤ ਰਸਤੇ 'ਤੇ ਤੁਰੇ ਹੋਏ ਨੇ, ਬਾਹਲੀ ਉਹਨਾਂ ਨੂੰ ਭੈੜੀ ਸਿੱਖਿਆ ਮਿਲੀ ਹੋਈ ਆ, ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਚੰਗਾ ਪੁੱਤ, ਬਹੁਤ ਚੰਗਾ ਲੱਗਾ, ਮਾਸੀ ਆਈ ਕਨੇਡੇ, ਟੈਨਸ਼ਨ ਨਾ ਲੈ। ਠੀਕ ਹੈ ਜੀ, ਆ ਜਾਓ ਆ ਜਾਓ। ਚੰਗਾ ਪੁੱਤ, ਉਹ ਚੰਗਾ ਚੰਗਾ ਚੰਗਾ। ਹਾਏ ਵੇ, ਦੇਖੀ ਕਿੰਨੇ ਚੰਗੇ ਚੰਗੇ ਮੁੰਡੇ ਵੀ ਬੈਠੇ ਆ। ਇੱਕ ਆਇਆ ਸੀ ਇਕੱਲਾ, ਉੱਤੇ ਬਾਹਲਾ ਗੁੱਸਾ ਚੜਿਆ ਸੀ ਮੈਨੂੰ, ਕਹਿੰਦਾ ਕੁੜੀਆਂ ਆਪੇ ਕਹਿੰਦੀਆਂ ਹੁੰਦੀਆਂ ਨੇ ਸਾਨੂੰ ਛੇੜੋ, ਕੋਈ ਕੁੜੀ ਨਹੀਂ ਕਹਿੰਦੀ ਹੁੰਦੀ ਸਾਨੂੰ ਛੇੜੋ।
अच्छा ते दूजी गल ये आ भी कुड़ियों की इज्जत करो, माण करो, सत्कार करो। कहिंदे ने सौ क्यों मंदा आखिए जित जमे राजान, भी कुड़ियां नू गलत गलत गल्लां कहनियां, उन्हां बारे गलत गालां कढ़नियां, उन्हां दे कपड़िया पर एहो एहो जिहियां भैड़ियां गल्लां करनियां, उन्हां नू वेख के कदे अख मार, कदे सीटी मारनी, कदे कोई भैड़ी गंदी गल करनी, आहो काम नहीं करने चाहिए। भाई जेडे बंदे ने एहो जे काम कदे जिंदगी च नहीं किते, उन्हां नू तां मासी बहुत सारियां दुआवां दिंदी आ, जिउंदे रहो। ते जेडे एहो जे काम करदे ने, रब भी मत दवे एहो जिहां नू। ते बई आप दी सोच सुधार लो। ते नाल ही नाल ना हाए मैं तां ना हुण जिम जाणा, जिम, क्योंकि मैं भी आपदे आप नू फिट करके ना जीन पाउणी आ। मैं वेखदी आ फिर कोई किदां छेड़दा। भाई ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ।